कहाँ से पीछे आ जा ग्रेट उसी लिया ना तो सर जाना रहे थे थोड़ा एड प्ले करता है सर पीछे कर रहा जूम कर थोड़ा ज्यादा हां जी हां जी पीछे करके जूम कर जी सर एड तले कर आज मैं उधर भी जा रहा सीगा पटियाला सरूर ते बरनाला दा थोड़ा जा विजिट करने वास्ते ते मैं ते माता पिछले हॉस्पिटल आया ते सारा डिस्ट्रिक्ट दा तकरीबन उन्होंने ब्यूरो दिता है सीएमओ साहब ने गुप्ता साहब ने जिसकी टीम ने बड़ा अच्छा काम सारे कर रहे हैं और परमात्मा करे कि जिस तरीके नाल ते दो तीन दिन तो पिछले दिन तो काफ़ी जरा ग्राफ डाउन होना शुरू हो गया तो जो डिस्चार्ज सारा रेट बढ़ गया है तो डैथ रेट भी घटे है पहले जी पर मैं एक गल जरूर कहूँगा जो पिछले दिन कुछ शरारती अंसर वालों जो ये कहा गया सी कि ऑडियो वीडियो बैन की गई कि अनपढ़ लेंगे होर कर लेंगे उदा सा जो मिशन फतेह सगा वह दस दिन डिस्टर्ब रहा जी सर पर जो असी उन्होंने सारा की असलियत इनकुआरी की तो बंद कुछ राजसी पार्टी का संबंध रखते जिस तरह एक फिरोजपुर तो अमरिंदर दारसी जी जिहड़ा कि झाड़ू पार्टी का बड़ा तकड़ा कारकुन से पेट का दावेदार तो उन्होंने इदा के हालात पैदा करते पंजाब के लोग साढ़े हॉस्पिटल आना घट गए थे तो पर लेकिन वो दस दिन का नुकसान यह होया कि बहुत सारे लोग सिक होकर साढ़े को आए उदा डैथ रेट भी बढ़ गया तो रिकवरी रेट भी काफ़ी नुकसान हो इस गल का और जी सा सैंपलिंग हूँ तक 45,000-50,000 तक पहुँचे से टैसटिंग वह साड़ी काफ़ी थले चली सर उन्होंने एक्शन लिता गया जो फेक खबर बिल्कुल असी घट्टो घट भी 108 जिहड़ियां फेक आईडियां चाहे वह ट्विटर दियां सीगियां जी जी चाहे फेसबुक दियां सीगियां चाहे यूट्यूब दियां सीगियां चाहे व्हाट्सएप दियां सीगियां जी वो सारियां ब्लॉक कीतियां ने जी बकायदा एक चैनल सीगा जिहड़ा फास्ट में डुप्लीकेट चलता सी अमेरिका दे विच उहदे खिलाफ भी एफ आई आर लॉज होई है जी ते प्लस असी बहुत 53 बंदे अरैसट कीते ने ਤੇ 70-80 ਐਫਰ ਵੀ ਡਾਲ ਦਿੱਤੀ ਹੈ ਤੇ ਤੁਸੀਂ ਜੇ ਪਰਸੋਂ ਦੀ ਇੱਕ ਵਾਇਰਲ ਵੀਡੀਓ ਹੋ ਗਈ ਸ਼ਨੀਵਾਰ ਪਟਿਆਲਾ ਰਜਿੰਦਰਾ ਹਸਪੀਟਲ ਦੀ ਇੱਕ ਲੇਡੀਜ਼ ਪੌੜੀਆਂ ਤੇ ਪਈ ਹੈ ਪਰ ਉਹਦੀ ਡੈਥ ਹੋ ਚੁੱਕੀ ਹੈ ਉਹ ਕੀ ਮਾਮਲਾ ਸੀ ਉਹਦਾ ਤੁਸੀਂ ਕੀ ਇਨਕੁਆਇਰੀ ਕੀਤੀ ਦੇਖੋ ਉਹਦੀ ਇਨਕੁਆਇਰੀ ਸੋਨੀ ਸਾਹਿਬ ਕਰ ਰਹੇ ਨੇ ਕਿ ਸੋਨੀ ਸਾਹਿਬ ਦਾ ਡਿਪਾਰਟਮੈਂਟ ਹੈ ਮੈਡੀਕਲ ਐਜੂਕੇਸ਼ਨ ਉਹ ਉਸ ਡਿਪਾਰਟਮੈਂਟ ਵਾਲੇ ਪਾਸੋਂ ਹੋ ਰਹੀ ਹੈ ਤੇ ਜਿਹੜਾ ਇਹ ਦੋ ਡਿਪਾਰਟਮੈਂਟ ਦੇ ਇੱਕ ਹੈਲਥ ਦਾ ਇੱਕ ਐਜੂਕੇਸ਼ਨ ਐਜੂਕੇਸ਼ਨ ਦੇ ਸੋਨੀ ਸਾਹਿਬ ਵਜ਼ੀਰ ਨੇ ਉਹਨੂੰ ਬੜਾ ਸੀਰੀਅਸਲੀ ਉਹ ਲੈ ਰਹੇ ਨੇ ਤੇ ਉਹਦੀ ਬਕਾਇਦਾ ਜਿਹੜਾ ਬੰਦਾ ਕਸੂਰਵਾਰ ਹੈ ਉਹਦੇ ਖਿਲਾਫ ਕਾਰਵਾਈ ਹੋਈ ਸਰ ਅਕਸਰ ਹੀ ਰਜਿੰਦਰਾ ਹਸਪੀਟਲ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਅੰਦਰ ਵਾਜੇ ਕਰੋਨਾ ਵਾਰਡ ਦੇ ਵਿੱਚ ਪੋਜ਼ਿਟਿਵ ਕੇਸ ਹੈ ਉਹਨਾਂ ਦਾ ਵੀ ਜੀ ਕੁਝ ਪਰਿਵਾਰ ਦੇ ਲੋਕ ਵੀ ਪੁੱਛਣ ਲੱਗੇ ਥੋੜੀ ਜਿਹੀ ਮੇਰੀ ਬੇਨਤੀ ਹੈ ਕਿ ਇਹ ਦੱਸੀ ਜੀ ਕੈਸੀ ਹੈ ਜੀ ਬਹੁਤ ਪੈਨਿਕ ਵਾਲੀ ਹੈ ਜੀ ਕਿਉਂਕਿ ਜਿਹੜਾ ਡਾਕਟਰ ਉਹ ਵੀ ਇਨਸਾਨ ਹੈ ਜਿਹੜਾ ਉੱਥੇ ਬੰਦਾ ਪੈਰਾਮੈਡੀਕਲ ਸਟਾਫ ਦਾ ਬੰਦਾ ਉਹ ਵੀ ਇਨਸਾਨ ਹੈ ਉਹ ਥੋੜ੍ਹਾ ਜਿਹਾ ਲੋਕਾਂ ਦੇ ਡਰ ਹੁੰਦਾ ਫੀਅਰ ਹੈਗਾ ਅਤੇ ਇਸ ਕਰਕੇ ਜਿਹੜਾ ਉੱਥੇ ਉਹਨਾਂ ਨੂੰ ਇਹ ਲੱਗਦਾ ਈਵਨ ਤੁਸੀਂ ਜੇ ਫੋਟੋ ਜਾਓਗੇ ਜੇ ਹੁਣ ਬੰਦਾ ਫੋਟੋ 'ਚ ਦਾਖਲ ਹੈ ਮੈਕਸ ਦਾਖਲ ਹੈ ਤੁਹਾਨੂੰ ਉੱਥੋਂ ਵੀ ਫੋਨ ਆਉਂਦੇ ਮੈਂ ਹੁਣ ਸ਼ੈਲਵੀ ਹੋਸਪਿਟਲ ਹੈ ਉੱਥੇ ਸਾਡਾ ਇੱਕ ਮੁੰਡਾ ਦਾਖਲ ਹੈ ਜੋ ਡਾਕਟਰ ਬਹੁਤ ਘੱਟ ਰਾਊਂਡ ਲਾਉਂਦੇ ਹੈਗੇ ਜੀ ਜਦੋਂ ਉਹਨਾਂ ਨੂੰ ਪਤਾ ਵੀ ਮੋਨੀਟਰਿੰਗ ਸਾਰੀ ਉੱਥੋਂ ਬੈਠੇ ਵੀ ਕੰਟਰੋਲ ਰੂਮ ਤੋਂ ਵੀ ਹੋ ਜਾਂਦੀ ਹੈ ਠੀਕ ਹੈ ਤੋ ਦਵਾਈ ਜਾਂ ਮੈਡੀਸਨ ਤੋਂ ਦਿੰਦੇ ਹਾਂ ਪ੍ਰੋਪਰ ਟੀਕਾ ਉਦੋਂ ਲੋਕ ਜਾਂਦੇ ਨੇ ਥੋੜ੍ਹਾ ਲੋਕਾਂ ਅੰਦਰ ਇਹ ਹੁੰਦਾ ਕਿ ਇਕਾਂਤ ਮਾਸ ਹੁੰਦਾ ਲੇਕਿਨ ਜੇ ਥੋੜ੍ਹਾ ਜਿਹਾ ਪੈਨਿਕ ਕਰਕੇ ਜਾਂ ਜਿਹੜੇ ਬਾਹਰ ਪ੍ਰਚਾਰ ਕੀਤਾ ਗਿਆ ਸੀ ਉਹਦਾ ਫਿਰ ਲੋਕਾਂ ਡਰ ਪੈਦਾ ਕੀਤਾ ਗਿਆ ਪਰ ਅੱਜ ਮੈਂ ਇਹ ਗਰੰਟੀ ਕਰਦਾ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਮੋਨੀਟਰਿੰਗ ਕਰ ਰਹੇ ਨੇ ਇਹ ਆਉਣ ਵਾਲੇ 10-15 ਦਿਨਾਂ 'ਚ ਅਸੀਂ ਪੂਰਾ ਕੰਟਰੋਲ ਕਰ ਲਾਂਗੇ ਟੈਸਟਿੰਗ ਹੋਣੀ ਸ਼ੁਰੂ ਹੋ ਗਈ ਸਰ ਸਰ ਗੱਲ ਕਰੀਏ ਟੈਸਟਿੰਗ ਇਸ ਵੇਲੇ ਦੇਖੋ ਸਾਡੇ ਕੋਲ ਜਿੰਨੀ ਸਾਡੀ ਟੈਸਟਿੰਗ ਕਪੈਸਿਟੀ ਸੀ ਉਹ ਸੈਂਪਲਿੰਗ ਕਪੈਸਿਟੀ ਸੀਗੀ ਉਹ ਡੇ ਬਾਈ ਡੇ ਵੱਧ ਰਹੀ ਹੈ ਲੱਗਦਾ ਲੋਕਾਂ 'ਚ ਜਾਗਰੂਕਤਾ ਹੈ ਸਰ ਬਿਲਕੁਲ ਜਾਗਰੂਕਤਾ ਮੈਂ ਇਸੇ ਕਰਕੇ ਤੁਹਾਡੇ ਕੋਲ ਚੁੱਪੇ ਕਿਉਂਕਿ ਕਈ ਵਾਰੀ ਟੀਮਾਂ ਦੇ ਪਥਰਾਵ ਵੀ ਕੀਤਾ ਜਾਂਦਾ ਵਿਰੋਧ ਕਰਦੇ ਲੋਕ ਪਿੰਡਾਂ 'ਚ ਇਹ ਤੁਸੀਂ ਜਿਹੜਾ ਮੀਡੀਆ ਹੈਗਾ ਮੈਂ ਮੀਡੀਆ ਨੂੰ ਤੁਸੀਂ ਬਹੁਤ ਵੱਡਾ ਰੋਲ ਪਲੇ ਕਰ ਸਕਦੇ ਹੋ ਤੇ ਤੁਸੀਂ ਸੋਸਾਇਟੀ ਦਾ ਹਿੱਸਾ ਹੈਗੇ ਹੋ ਤੁਸੀਂ ਲੋਕਾਂ ਦੇ ਅੰਦਰੋਂ ਇਹ ਪੈਨਿਕ ਦੂਰ ਕਰੋਗੇ ਕੁਝ ਸ਼ਰਾਰਤੀ ਲੋਕ ਜਿਹੜੇ ਸਾਡੇ ਪੰਜਾਬ ਦੇ ਦੁਸ਼ਮਣ ਨੇ
वो साडे जिहड़े आम लोगों की जिंदगी का खिलवाड़ करना चाहते हैं, जोड़ा कि बहुत मंदभागी गल है। इस वेले सानू सारयां यूनाइटेड होकर इकट्ठे होकर लड़ाई लड़न की जरूरत हैगी है, चाहे वह मीडिया होवे, चाहे साडे मेडिकल सहूलतां होवे, डॉक्टर वगैरह हो, चाहे स्टाफ होवे, चाहे पुलिस प्रशासन, चाहे कोई भी है, चाहे पब्लिक आम पब्लिक क्यों ना हो, जिन्ना पब्लिक साडा साथ देगी, मीडिया साडा साथ देगा, उन्ने असीं छेके चलो। सिद्धू साहब, सिद्धू साहब, सिद्धू साहब, कैप्टन साहब ने एक सवाल है, सिद्धू साहब, ऑक्सीमीटर किट जिहड़ी सीगी पंजाब सरकार ने जिहड़ी डिवाइड करनी सी, ओह हो गई कि नहीं हल्ले तक? ऑलरेडी रेडी है जी, अज असीं साडी 3:45 दे वीडियो कॉन्फ्रेंस हैगी है, बीसी मैं बरनाले तों अटेंड करूँगा, तो अज महाराज की कृपा नाल असीं सीएम साहब तों कल सवेरे लॉन्च करा देंगे। सुनो जी, वही लोगों को यह प्रॉब्लम सी कि सानू शायद जो हॉस्पिटल आइसोलेट असी जो माइल्ड ने जोड़े एसिम्टोमैटिक ने उन्होंने वास्ते बकायदा आ रही एडवाइजरी साड़ी एक्सपर्ट कमेटी आ चुकी है कि उन्होंने घर असी होम आइसोलेट कर रहे हूँ। 1300 कुछ बंदे जोड़े है इस वे घर होम आइसोलेट किए हुए हैं। देखो तुसी मैं ये गल तुसी अज दसी है, मैं हुणी सीएमओ साहब नूं इस गल दा डायरेक्शन दे देना कि बकायदा ये गल नहीं होनी चाहिए। सिद्धू साहब, डॉक्टरों की बड़ी वड्डी प्रॉब्लम है कि मरीज 8:15 खड़े हैं, 9 बजे पौने तो मैक्सीमम जिहड़ा है डॉक्टर अपनी सीट पर नहीं बैठते, हुण भी तुसी देखोगे शायद एक डॉक्टर 3-4 नहीं होणगे तुसी। चलो इदा हों कि भी आप सिस्टम हौले सुधारना, सब तो पहला इस वे अपनी कोविड जी है ना वो अपनी प्रायोरिटी हैगी है, जे कोविड तो इस वे बच जाएंगे तो बाकी बीमारियां बहुत छोटिया ने। ठीक है।